ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਪ੍ਰਸ਼ਾਸਨ ਦੀ ਬਣੀ ਕਮੇਟੀ ਦੇ ਆਪਸੀ ਸਮਝੌਤੇ ਤੋਂ ਬਾਅਦ ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇ ਕਿ ਮਹਿੰਦਰਪਾਲ ਦੇ ਵੱਡੇ ਪੁੱਤਰ ਅਮਰਿੰਦਰ ਸਿੰਘ ਨੇ ਉਸ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਹੈ। ਤੁਹਾਨੂੰ ਦੱਸ ਦੇ ਕਿ ਮਹਿੰਦਰਪਾਲ ਬਿੱਟੂ ਦੇ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਸਨ। ਉਹਨਾਂ ਮੰਗਾਂ ਬਾਰੇ ਡੇਰਾ ਪ੍ਰੇਮੀਆਂ ਦੇ 45 ਮੈਂਬਰੀ ਕਮੇਟੀ ਦੇ ਮੈਂਬਰ ਰਾਜਾ ਰਾਮ ਦਾ ਕੀ ਇਹ ਕਹਿਣਾ, ਇਸ ਨੂੰ ਤੁਸੀਂ ਇਹਨਾਂ ਦੇ ਮੂੰਹੋਂ ਹੀ ਸੁਣ ਲਵੋ। ਦੇਖੋ, ਪ੍ਰਸ਼ਾਸਨ ਨੇ ਜਿਹੜਾ ਵਾਅਦਾ ਕੀਤਾ ਉਹ ਪੂਰੀ ਮੀਟਿੰਗਾਂ ਹੋ ਕੇ ਤੈਅ ਹੋ ਕੇ ਸਾਨੂੰ ਪੂਰੀ ਉਮੀਦ ਹੈ ਵੀ ਉਹ ਪੂਰੀਆਂ ਹੋਣਗੀਆਂ ਮੰਗਾਂ ਸਾਡੀਆਂ। ਕੋਈ ਜ਼ਿਆਦਾ ਮੰਗਾਂ ਵੀ ਨਹੀਂ ਸਾਡੀਆਂ, ਕੋਈ ਇਸੇ ਤਰ੍ਹਾਂ ਦੀਆਂ ਡਿਮਾਂਡਾਂ ਵੀ ਨਹੀਂ ਸਾਡੀਆਂ। ਦੋ ਹੀ ਮੰਗਾਂ ਸੀਗੀਆਂ, ਦੋ ਹੀ ਪ੍ਰਸ਼ਾਸਨ ਨੇ ਮੰਨ ਲਈਆਂ ਨੇ ਅਤੇ ਪ੍ਰਸ਼ਾਸਨ ਪੂਰੀਆਂ ਕਰੂਗਾ, ਸਾਨੂੰ ਉਮੀਦ ਹੈ ਪੂਰੀ। ਜੇ ਮੰਗਾਂ ਦੀ ਗੱਲ ਕਰੀਏ ਤਾਂ ਸਾਨੂੰ ਥੋੜ੍ਹਾ ਜਿਹਾ ਉਹਨਾਂ ਨੇ ਓਪਨਲੀ ਨਹੀਂ ਦੱਸਿਆ ਹੈਗਾ, ਜਿਸ ਤਰ੍ਹਾਂ ਕੋਈ ਓਪਨ ਜਿਹੜਾ ਹੈਗਾ ਲੈਟਰ ਓਪਨ ਕਰਕੇ ਪ੍ਰਸ਼ਾਸਨ ਦੱਸਦਾ ਹੈ ਕੀ ਤੁਹਾਡੇ ਵੇਲੇ ਕਿਸ ਤਰ੍ਹਾਂ ਦੀ ਮੰਗਾਂ ਰੱਖੀਆਂ ਗਈਆਂ। ਦੇਖੋ, ਗੱਲ ਇਹ ਹੈ ਵੀ ਜੋ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਜੀ ਦਾ ਕਤਲ ਕੀਤਾ ਗਿਆ ਉਹਦੀ ਅਸੀਂ ਸਮਝਦੇ ਹਾਂ ਵੀ ਤਹਿ ਤੱਕ ਜਾਣਾ ਚਾਹੀਦਾ। ਉਹਦੀ ਜਿਹੜੀ ਇਨਕੁਆਇਰੀ ਹੈ ADGP ਕਰਨਗੇ ਔਰ ਉਹਦੇ ਦੇ ਨਾਲ ਮੈਂਬਰ, ਦੋ ਮੈਂਬਰ ਹੋਰ ਹੋਣਗੇ, ਪੂਰੀ ਇੱਕ ਸੈੱਟ ਜਿਹੜੀ ਉਹਦੀ ਇਨਕੁਆਇਰੀ ਕਰੂਗੀ, ਉਹ ਤਹਿ ਤੱਕ ਜਾਊਗੀ ਔਰ ਜੋ ਜੋ ਵੀ ਜਿਸਦਾ ਵੀ ਹੱਥ ਹੋਊਗਾ ਉਹਦੇ ਪਿੱਛੇ ਉਹ ਬੰਦੇ ਇਨਵੋਲਵ ਹੋਣਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਹੋਰ ਉਸ ਦੇ ਵਿੱਚ ਤੁਹਾਡਾ ਕੀ ਸ਼ਰਤ ਰੱਖੀ ਗਈ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਦੇਖੋ, ਗੱਲ ਇਹ ਵੀ ਜਿਹੜੇ ਸਾਡੇ 'ਤੇ ਝੂਠੇ ਕੇਸ ਬਣਾਏ ਗਏ ਨੇ, ਜੋ ਵੀ ਦਰਜ ਕੀਤੇ ਗਏ ਨੇ ਪਿੱਛੇ, ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦਾ ਵੀ ਸਰਕਾਰ ਸੋਚੇ। ਪਰ ਉਹ ਸਰਕਾਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਕਾਨੂੰਨ ਦੇ ਮੁਤਾਬਕ ਜੋ ਵੀ ਹੈ ਅਸੀਂ ਉਹਨੂੰ ਹੱਲ ਕਰਾਂਗੇ। ਤੁਹਾਨੂੰ ਲੱਗਦਾ ਜੋ ਪ੍ਰਸ਼ਾਸਨ ਨੇ ਤੁਹਾਡਾ ਵਾਅਦਾ ਕੀਤਾ ਉਹ ਪੂਰੇ ਵਾਅਦੇ ਪੂਰੇ ਹੋਣਗੇ? ਦੇਖੋ, ਵਾਅਦੇ ਪੂਰੇ ਕਰਨੇ ਚਾਹੀਦੇ ਨੇ, ਵਾਅਦੇ ਕੋਈ ਸਾਡੇ ਨਜਾਇਜ਼ ਤੋਂ ਹੈ ਨਹੀਂ, ਸਾਰੇ ਜਾਇਜ਼ ਵਾਅਦੇ ਨੇ। ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਵੀ ਜਿਹੜੀ ਨਾ ਪੂਰੀ ਹੋ ਸਕੇ। ਜੇਕਰ ਤੁਹਾਡੇ ਵਾਅਦੇ ਨਹੀਂ ਪੂਰੇ ਕਰਦੇ ਕੀ ਤੁਹਾਡਾ ਫਿਰ? ਦੇਖੋ, ਇਹੀ ਹੱਲ ਹੀ ਇਹੀ ਹੈ, ਸੰਗਤ ਸਾਰੀ ਤਿਆਰ ਹੈ, ਉਸ ਤਰ੍ਹਾਂ ਫਿਰ ਇਕੱਠੀ ਹੋ ਜੂਗੀ ਸੰਗਤ। ਡੇਰਾ ਪ੍ਰੇਮੀ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ, ਹਾਲਾਂਕਿ ਉਹਨਾਂ ਨੇ ਡਿਟੇਲ ਦੇ ਵਿੱਚ ਇਹ ਗੱਲ ਨਹੀਂ ਦੱਸੀ ਵੀ ਕਿਸ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ, ਪਰ ਫਿਲਹਾਲ ਜਿਹੜਾ ਹੈਗਾ ਜਿਹੜਾ ਅੰਤਿਮ ਸੰਸਕਾਰ ਜਿਹੜੀ ਹੈਗੀ ਉਹਦੀ ਪ੍ਰਕਿਰਿਆ ਜਿਹੜੀ ਹੈਗੀ ਚਾਲੂ ਹੋ ਗਈ ਆ ਔਰ ਜਿਹੜਾ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਜਿਹੜਾ ਹੈਗਾ ਪਰਿਵਾਰ ਨੂੰ ਸੈਟਿਸਫਾਈਡ ਕਰਨ ਦੇ ਵਿੱਚ ਜਿਹੜੀ ਹੈਗੀ ਕਾਮਯਾਬ ਰਹੀ ਆ। ਮੈਂ ਸੁਨੀਲ ਜਿੰਦਲ, ਚੈਨਲ ਪੰਜਾਬ, ਕੋੜੂਗੜਾ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।